ਕਿਸਾਨ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਨੇ, ਸੜਕਾਂ ਤੇ ਉੱਤਰ ਆਏ ਨੇ। ਸਵਾਲ ਸੀਗਾ ਕਿ ਕਿਸਾਨਾਂ ਨੇ ਜੋ ਬੈਠਣ ਦੇ ਲਈ ਜਗ੍ਹਾ ਨਿਸ਼ਚਿਤ ਕੀਤੀ ਸੀ ਉਹਦੇ ਤੇ ਲੁਧਿਆਣਾ ਦੀ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ, ਉਹਦੇ ਤੇ ਸੁਣਵਾਈ ਹੋਣੀ ਹੈ। ਪਰ ਕਿਸਾਨ ਜਿਹੜੇ ਨੇ ਉਹ ਵਿਜਿਤ ਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਬੈਂਕ ਤੋਂ 200 ਮੀਟਰ ਦੀ ਦੂਰੀ ਤੇ ਬੈਠਣ ਨੂੰ ਤਿਆਰ ਨੇ, ਜੋ ਇਹਨਾਂ ਦੇ ਵੱਲੋਂ ਜਗ੍ਹਾ ਨਿਸ਼ਚਿਤ ਕੀਤੀ ਗਈ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੁਧਿਆਣੇ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਕੂਚ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਮੰਗਾਂ ਜਿਹੜੀਆਂ ਨੇ ਬੈਂਕਾਂ ਦੇ ਖਿਲਾਫ ਨੇ। ਕੀ ਮੁੱਖ ਮੰਗਾਂ ਹੈਗੀਆਂ ਜੀ? ਕੀ ਮੁੱਖ ਮੰਗਾਂ ਕੀ ਨੇ ਤੁਹਾਡੀਆਂ? ਸਾਡੀਆਂ ਮੁੱਖ ਮੰਗਾਂ ਇਹ ਆ ਕਿ ਜਿਹੜੀਆਂ ਬੈਂਕਾਂ ਨੇ ਕਿਸਾਨਾਂ ਦੇ ਕੋਲੋਂ ਡਬਲ ਸਿਕਿਉਰਿਟੀ ਭਰਾਈ ਆ ਖਾਲੀ ਚੈੱਕਾਂ ਦੇ ਤੌਰ ਤੇ, ਉਹ ਚੈੱਕ ਵਾਪਸ ਕੀਤੇ ਜਾਣ। ਜਿਹੜੇ ਕੇਸ ਅਦਾਲਤਾਂ ਦੇ ਵਿੱਚ ਲਾਏ ਆ ਉਹ ਚੈੱਕ ਬਾਊਂਸ ਕਰਾ ਕੇ ਉਹ ਕਿਸਾਨਾਂ ਤੋਂ ਕੇਸ ਵਾਪਸ ਹੋਣ। ਜਿਹੜੇ ਕਿਸਾਨ ਜੇਲ੍ਹਾਂ 'ਚ ਬੰਦ ਆ 420 ਦੇ ਤਹਿਤ, ਉਹ ਕਿਸਾਨ ਜੇਲ੍ਹਾਂ 'ਚੋਂ ਰਿਹਾਅ ਕੀਤੇ ਜਾਣ। ਸੋ ਇਹ ਦੇਖ ਸਕਦੇ ਹੋ ਤਸਵੀਰਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਕਿਸਾਨਾਂ ਦੇ ਇਹ ਖਾਲੀ ਬਾਕਸ ਚੈੱਕ ਲੈਂਦੇ ਨੇ, ਡਬਲ ਗਰੰਟੀ ਲੈਂਦੇ ਨੇ, ਡਬਲ ਲੈਂਦੇ ਨੇ, ਇਹ ਡਬਲ ਸਕਿਉਰਟੀ ਲੈਣੀ ਬੰਦ ਕੀਤੀ ਜਾਵੇ। ਕਰਜ਼ੇ ਦੇ ਵਿੱਚ ਜ਼ਮੀਨਾਂ ਪਲੱਜ ਹੁੰਦੀਆਂ ਨੇ, ਜ਼ਮੀਨਾਂ ਪਲੱਜਾਂ 'ਤੇ ਕਰਜ਼ਾ ਦਿੰਦੇ ਨੇ। ਜਿਹੜੇ ਖਾਲੀ ਚੈੱਕ ਲੈ ਕੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਕੇਸ ਲਾ ਕੇ ਦੂਰ ਦੁਰਾਡੇ, ਜਿਵੇਂ ਇੱਥੋਂ ਪੰਜਾਬ ਦੇ ਪਟਿਆਲਾ ਬੈਂਕ ਤੋਂ ਕੇਸ ਲਿਆ, ਬੜੌਦਾ ਜਾ ਕੇ ਲਾਤਾ, ਗੁਜਰਾਤ ਦੇ ਵਿੱਚ ਲਾਤਾ, ਅਤੇ ਇਹਨਾਂ ਖਾਲੀ ਚੈੱਕਾਂ ਦੇ ਆਧਾਰ 'ਤੇ ਕਿਸਾਨਾਂ 'ਤੇ 420 ਦੇ ਪਰਚੇ ਪਾ ਕੇ ਬਾਕਸ ਚੈੱਕ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ। 30 ਕਿਸਾਨ ਘੱਟੋ ਘੱਟ ਜੇਲ੍ਹਾਂ ਦੇ ਵਿੱਚ ਨੇ। ਕੱਲ੍ਹ ਦੀ ਘਟਨਾ ਵੀ ਪਟਿਆਲੇ ਜ਼ਿਲ੍ਹੇ ਦਾ ਇੱਕ ਕਿਸਾਨ ਲਛਮਣ ਸਿੰਘ, ਜਿਹੜਾ ਬਨੇਰਾ ਕਲਾਂ ਦਾ ਪਿੰਡ ਦਾ, ਉਹਨੂੰ ਗੁਜਰਾਤ ਦੀ ਪੁਲਿਸ ਕੱਲ੍ਹ ਚੱਕ ਕੇ ਲੈ ਗਈ। ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਲੋਕ ਜਲੀਲ ਹੋ ਰਹੇ ਨੇ, ਉਹ ਖੁਦਕੁਸ਼ੀਆਂ ਵੱਧ ਕਰਨਗੇ। ਕਿਸਾਨਾਂ ਦੀ ਭਲੇ ਕਰਨ ਵਾਲੀ ਸਰਕਾਰ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਕਰਦੀ ਹੈ। ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਨਾ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ, ਉਨਾ ਚਿਰ ਤੱਕ ਅਸੀਂ ਜਿੰਨਾ ਚਿਰ ਸਰਕਾਰ ਕੁਛ ਦਿੰਦੀ ਨਹੀਂ। ਜਗ੍ਹਾ ਨੂੰ ਲੈ ਕੇ ਵਿਵਾਦ ਸੀਗਾ, ਪੁਲਿਸ ਜਿਹੜੀ ਹਾਈਕੋਰਟ ਤੱਕ ਪਹੁੰਚੀ ਹੈ, ਤੁਸੀਂ ਜਗ੍ਹਾ ਵਾਲੇ ਵਿਵਾਦ ਦੇ ਬਾਰੇ ਕੀ ਕਹਿਣਾ ਚਾਹੁੰਦੇ? ਜਗ੍ਹਾ ਵਾਲੇ ਬਾਅਦ ਮਾਨਯੋਗ ਹਾਈਕੋਰਟ ਨੇ ਸਾਨੂੰ ਆਗਿਆ ਦਿੱਤੀ ਹੋਈ ਹੈ ਕਿ ਤੁਸੀਂ ਬੈਂਕ ਤੋਂ 100 ਗਜ਼ ਪਿੱਛੇ ਤੁਹਾਨੂੰ ਧਰਨਾ ਲਾਉਣ ਦੀ ਆਗਿਆ ਹੈ। ਸ਼ਾਂਤਮਈ ਸਾਡਾ ਧਰਨਾ ਸੀ, ਚੱਲ ਰਿਹਾ ਹੈ। ਅਸੀਂ ਜਿਹੜੀ ਸਾਨੂੰ ਅਦਾਲਤ ਵੱਲੋਂ, ਮਾਨਯੋਗ ਅਦਾਲਤ ਵੱਲੋਂ ਜਗ੍ਹਾ ਅਲਾਟ ਹੋਈ ਹੈ, ਅਸੀਂ ਉਸੇ ਜਗ੍ਹਾ 'ਤੇ ਧਰਨਾ ਲਾਉਣ ਚੱਲੇ ਹਾਂ। ਹੁਣ ਤੱਕ ਅਸੀਂ ਆ ਪ੍ਰਸ਼ਾਸਨ ਦਿੱਤੀ ਹੋਈ ਜਗ੍ਹਾ ਸੀ, 18 ਤਰੀਕ ਤੋਂ ਲੈ ਕੇ 20-21-22 ਤਰੀਕ ਤੱਕ, ਅੱਜ ਤੱਕ ਅਸੀਂ ਉੱਥੇ ਬੈਠੇ ਹਾਂ। ਅੱਜ ਅਸੀਂ ਉਸ ਜਗ੍ਹਾ 'ਤੇ ਜਾਵਾਂਗੇ ਜਿੱਥੇ ਸਾਨੂੰ ਮਾਨਯੋਗ ਅਦਾਲਤ ਨੇ ਬਹੁਤ ਵੱਡੀ ਗਿਣਤੀ 'ਚ ਪੁਲਿਸ ਲਾਈ ਹੋਈ ਹੈ, ਲਾਠੀਚਾਰਜ ਨੂੰ ਉਹ ਤਿਆਰ ਨੇ। ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੋਗੇ, ਤੁਹਾਡੇ ਵੱਲੋਂ ਕੋਆਪਰੇਸ਼ਨ ਹੈ ਜਾਂ ਤੁਸੀਂ ਵਜੇ ਦੋਗੇ ਉਸੇ ਜਗ੍ਹਾ 'ਤੇ ਬੈਠਣਾ? ਦੇਖੋ, ਇਹ ਪੁਲਿਸ ਨੇ ਸੋਚਣਾ ਵੀ ਉਹਨਾਂ ਨੇ ਲਾਠੀਚਾਰਜ ਕਰਨਾ ਕਿ ਨਹੀਂ ਕਰਨਾ। ਸਾਡਾ ਇਸ ਕਿਸਮ ਦਾ ਕੋਈ ਪਲੈਨ ਨਹੀਂ ਹੈ, ਨਾ ਅਸੀਂ ਇਹ ਧੱਕਾ ਕਰਨਾ, ਨਾ ਅਸੀਂ ਨਾਕਾ ਤੋੜਨਾ। ਆਪਣੇ ਕੋਰਟ ਦੇ ਨਿਯਮ ਦੇ ਅਨੁਸਾਰ, ਕੋਰਟ ਦੇ ਨਿਯਮਾਂ ਅਨੁਸਾਰ ਅਸੀਂ ਆਪਣਾ ਪ੍ਰੋਗਰਾਮ ਕਰਾਂਗੇ, ਉਹ ਅਸੀਂ ਕਰਨ ਚੱਲੇ ਹਾਂ। ਜੇਕਰ ਸਰਕਾਰ ਨੇ ਧੱਕਾ ਕਰਨ ਵਾਸਤੇ ਪੁਲਿਸ ਲਾਈ ਹੈ, ਉਹ ਕਰ ਲਵੇ ਫੈਸਲਾ ਸਰਕਾਰ ਨੇ। ਉਹਨੂੰ ਕੀ ਲੱਗਦਾ ਪੁਲਿਸ ਇੰਨੀ ਲੱਗੀ ਹੋਈ ਹੈ, ਧੱਕਾ ਹੋ ਸਕਦਾ? ਬੈਂਕਾਂ ਦਾ ਪੱਖ ਪੂਰ ਰਹੀ ਹੈ, ਉਹ ਗੈਰ ਕਾਨੂੰਨੀ ਕੰਮ ਕਰ ਰਹੀਆਂ ਨੇ। ਬਣਦਾ ਤਾਂ ਇਹ ਹੈ ਕਿ ਜਿਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਉਹਨਾਂ 'ਤੇ ਪਰਚੇ ਦਰਜ ਹੋਣ। ਇਹਦੇ ਉਲਟ ਜਿਹੜਾ ਗੈਰ ਕਾਨੂੰਨੀ ਕਰ ਰਿਹਾ ਸੀ ਉਹਦਾ ਵਿਰੋਧ ਕਰਦੇ ਹਾਂ, ਸਾਨੂੰ ਕੁੱਟਣ ਲਈ ਤਿਆਰ ਨੇ, ਸਾਡੇ 'ਤੇ ਪਰਚੇ ਦਰਜ ਕਰ ਰਹੇ ਨੇ, ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਰਹੇ ਨੇ, ਸਾਰਾ ਕੁਝ ਇਹ ਪੰਜਾਬ ਸਰਕਾਰ ਕਰਾ ਰਹੀ ਆ। ਬਿਲਕੁਲ, ਤਸਵੀਰਾਂ ਅਸੀਂ ਦਿਖਾ ਦਿੰਦੇ ਹਾਂ। ਅੱਗੇ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਗਈ ਹੈ, ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਜੂਦ ਹੈ। ਚੌਂਕ ਜਿਹੜਾ ਪੁਲਿਸ ਦੇ ਵੱਲੋਂ ਉਹਨੂੰ ਬੈਰੀਕੇਟਿੰਗ ਕਰਕੇ ਬੰਦ ਕਰ ਦਿੱਤਾ ਗਿਆ। ਪੁਲਿਸ ਜਿਹੜੀ ਆਪਣੀ ਤਿਆਰੀ
ਨੂੰ ਕਿ ਕਿਸਾਨ ਆਗੂ ਸਾਰੇ ਨਾਲੋਂ ਮੂਹਰਲੀ ਕਤਾਰ ਦੇ ਵਿੱਚ ਨੇ, ਉਸ ਤੋਂ ਬਾਅਦ ਬੀਬੀਆਂ ਨੇ ਕਿਸਾਨ ਆਗੂਆਂ ਤੋਂ ਪਿੱਛੇ, ਜਿਹੜੀਆਂ ਬੀਬੀਆਂ ਨੇ ਮਹਿਲਾਵਾਂ ਨੇ ਵੱਡੀ ਗਿਣਤੀ 'ਚ, ਜਿਹੜੀਆਂ ਮਹਿਲਾਵਾਂ ਨੇ ਉਹ ਵੀ ਕਿਸਾਨਾਂ ਦੇ ਨਾਲ ਨੇ। ਔਰ ਮਹਿਲਾਵਾਂ ਤੋਂ ਪਿੱਛੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਉਹ ਅੱਗੇ ਕੂਚ ਕਰ ਰਹੇ ਨੇ, ਕਿਸਾਨ ਮੂਵ ਕਰ ਰਹੇ ਨੇ। ਸੋ ਇਹ ਤਸਵੀਰਾਂ ਦਿਖਾ ਰਹੇ ਹਾਂ, ਕਿਸਾਨ ਲੁਧਿਆਣਾ ਦੇ ਵਿੱਚ ਆਪਣੀ ਮਿੱਥੀ ਹੋਈ ਥਾਂ ਦੇ ਉੱਤੇ ਮੂਵ ਕਰ ਰਹੇ ਆ, ਕੂਚ ਕਰ ਰਹੇ ਨੇ ਕਿਸਾਨ। ਔਰ ਅੱਗੇ ਹੈਵੀ ਪੁਲਿਸ ਬਲ ਜਿਹੜਾ ਬਹੁਤ ਵੱਡੀ ਗਿਣਤੀ 'ਚ ਪੁਲਿਸ ਜਿਹੜੀ ਹੈ ਉਹ ਲਗਾਈ ਗਈ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਐਂਟੀ ਰਾਇਟਸ ਵਹੀਕਲ ਹੋਣ, ਵਜਰ ਹੋਵੇ, ਇਸ ਤਰ੍ਹਾਂ ਦੀ ਤਿਆਰੀ ਹੈ। ਪੁਲਿਸ ਦੀ ਤਿਆਰੀ ਤੁਹਾਨੂੰ ਦਿਖਾ ਦਿੰਦੇ ਹਾਂ। ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਦੇ ਵਿੱਚ ਪੁਲਿਸ ਦੀ ਜਿਹੜੀ ਤਿਆਰੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਤੁਹਾਨੂੰ ਨਜ਼ਰ ਆ ਸਕਦੇ ਨੇ। ਅੱਗੇ ਜੋ ਪੁਲਿਸ ਵਾਲੇ ਮੂਵ ਕਰ ਰਹੇ ਉਹਨਾਂ ਦੇ ਹੱਥਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਬਾਅਦ ਦੇ ਵਿੱਚ ਵਰਤੇ ਜਾ ਸਕਦੇ ਆ। ਇਹ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਤਮਾਮ ਤਸਵੀਰਾਂ ਕਿਸਾਨਾਂ ਦਾ ਜੋ ਇਹ ਪ੍ਰੋਟੈਸਟ ਹੈਗਾ ਲੁਧਿਆਣਾ ਦਾ, ਇਹ ਫਿਰੋਜ਼ਪੁਰ ਰੋਡ ਜਿੱਥੇ ਕਿਸਾਨ ਮੂਵ ਕਰ ਰਹੇ ਨੇ, ਕਿਸਾਨ ਤੁਰ ਰਹੇ ਨੇ, ਕਿਸਾਨਾਂ ਦੇ ਵੱਲੋਂ ਕਿਸਾਨ ਮੂਵ ਕਰ ਰਹੇ ਨੇ ਤਾਂ ਪ੍ਰੋਟੈਸਟ ਹੈਗਾ ਵੱਡੀ ਗਿਣਤੀ ਦੇ ਵਿੱਚ। ਇਹ ਪ੍ਰੋਟੈਸਟ ਕਿਸਾਨ ਆਪਣੀ ਮਿੱਥੀ ਹੋਈ ਜਗ੍ਹਾ ਦੇ ਉੱਤੇ ਜਾ ਰਹੇ ਨੇ। ਅੱਗੇ ਤੁਹਾਨੂੰ ਨਜ਼ਰ ਆ ਰਹੇ ਨੇ ਕਿਸਾਨ ਆਗੂ, ਪਿੱਛੇ ਮਹਿਲਾਵਾਂ ਨੇ, ਔਰ ਮਹਿਲਾਵਾਂ ਤੋਂ ਪਿੱਛੇ ਕਿਸਾਨ ਜਿਹੜੇ ਨੇ ਆਮ ਕਿਸਾਨ ਪਿੱਛੇ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਪੁਲਿਸ ਦੇ ਵੱਲੋਂ ਤਿਆਰੀ ਕੀਤੀ ਗਈ ਹੈ। 4 ਵਜੇ ਦੀ ਸੁਣਵਾਈ ਕੋਰਟ ਦੇ ਵਿੱਚ ਦੱਸੀ ਜਾ ਰਹੀ ਹੈ, ਹਾਈ ਕੋਰਟ ਦੇ ਵਿੱਚ 4 ਵਜੇ ਸੁਣਵਾਈ ਹੈ। ਜਗ੍ਹਾ ਨੂੰ ਲੈ ਕੇ ਲੁਧਿਆਣਾ ਪੁਲਿਸ ਜਿਹੜੀ ਹੈ ਉਹ ਹਾਈ ਕੋਰਟ ਪਹੁੰਚੀ ਹੈ। ਬੈਂਕ PNB ਬੈਂਕ ਦੇ ਬਾਹਰ ਜਿਹੜਾ ਪ੍ਰੋਟੈਸਟ ਕਰਨਾ ਸੀਗਾ ਤਾਂ ਲਗਭਗ 200 ਮੀਟਰ ਦੀ ਦੂਰੀ ਤੇ ਕਿਹਾ ਜਾ ਰਿਹਾ ਕਿ ਅਸੀਂ, ਇਹ ਕਿਸਾਨ ਕਹਿ ਰਹੇ ਨੇ ਕਿ ਅਸੀਂ ਬੈਠਾਂਗੇ, ਅਸੀਂ ਹਾਈ ਕੋਰਟ ਦੀ ਉਲੰਘਣਾ ਨਹੀਂ ਕਰਾਂਗੇ। ਦੂਜੇ ਪਾਸੇ ਪੁਲਿਸ ਦੇ ਵੱਲੋਂ ਆਪਣੀ ਤਿਆਰੀ ਕੀਤੀ ਗਈ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਲੁਧਿਆਣਾ ਸ਼ਹਿਰ ਦੇ ਵੱਲ ਮੂਵ ਕਰ ਰਹੇ ਹੈ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਨੇ, ਜਿੱਥੇ ਵੇਵ ਮਾਲ ਦੇ ਨਾਲ ਪੈਂਦਾ PNB ਬੈਂਕ ਹੈ, ਜਿੱਥੇ ਉਹਦੀ ਮੁੱਖ ਸ਼ਾਖਾ ਬੈਂਕ ਦੀ ਹੈ। ਕਿਸਾਨ ਉਹ ਸ਼ਾਖਾ ਦੇ ਨੇੜੇ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਆਪਣਾ ਧਰਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। 18 ਤਰੀਕ ਤੋਂ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਹੋਈ ਇੱਕ ਜਗ੍ਹਾ ਦੇ ਉੱਤੇ ਕਿਸਾਨ ਬੈਠੇ ਸੀਗੇ ਔਰ ਆਪਣਾ ਰੋਟੀ ਪਾਣੀ ਲੰਗਰ ਜਿਹੜਾ ਉੱਥੇ ਉਹ ਤਿਆਰ ਕਰ ਰਹੇ ਸੀਗੇ। 2 ਦਿਨ ਮੀਂਹ ਪੈਂਦਾ ਰਿਹਾ, ਮੀਂਹ ਦੇ ਵਿੱਚ ਕਿਸਾਨ ਉਸੇ ਤਰ੍ਹਾਂ ਡਟੇ ਰਹੇ ਨੇ, ਬੈਠੇ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਔਰ ਕਿਹਾ ਜਾ ਰਿਹਾ ਕਿ ਇੱਕ ਪਾਸੇ ਤਾਂ ਬੈਂਕ ਜ਼ਮੀਨਾਂ ਦੇ ਕਾਗਜ਼ ਰੱਖੇ ਜਾਂਦੇ ਆ, ਜ਼ਮੀਨਾਂ ਜਿਹੜੀਆਂ ਉਹ ਮੋਰਟਗੇਜ ਦੇ ਤੌਰ ਤੇ ਲੋਨ ਦੇ ਅਗੇਂਸਟ ਰੱਖੀਆਂ ਜਾਂਦੀਆਂ, ਦੂਜੇ ਪਾਸੇ ਇਹਨਾਂ ਤੋਂ ਖਾਲੀ ਚੈੱਕ ਵੀ ਲਏ ਜਾਂਦੇ। ਜਾ ਕੇ ਮਾਮਲਾ ਦਰਜ ਕਰਦੇ ਆ। ਕਿਸਾਨ ਦੀ ਹੁਣੇ ਜ਼ਿਕਰ ਹੋ ਰਿਹਾ ਸੀਗਾ ਕਿ ਉਹ ਕਿਸਾਨ
ਗੁਜਰਾਤ ਦੇ ਵਿੱਚ ਉਸ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਗੁਜਰਾਤ ਪੁਲਿਸ ਉਸ ਕਿਸਾਨ ਨੂੰ ਲੈ ਕੇ ਗਈ ਔਰ ਹਰਾਸ ਹੋ ਰਿਹਾ। ਸੋ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਚੈੱਕਸ ਇਹਨਾਂ ਤੋਂ ਲਿੱਤੇ ਗਏ ਨੇ ਮੋਰਟਗੇਜ ਦੇ ਨਾਲ ਨਾਲ ਉਹ ਚੈੱਕਸ ਹੈ ਉਹ ਵਾਪਸ ਕੀਤੇ ਜਾਣ ਔਰ ਅਥਰੂ ਗੈਸ ਦੇ ਗੋਲੇ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਸਾਹਮਣੇ ਜੋ ਦਿੱਤੀਆਂ ਜਾਣ ਉਹਨਾਂ ਨੂੰ ਬੰਦ ਕੀਤਾ ਜਾਵੇ ਔਰ ਕਿ ਕਿੰਜ ਕਿਸਾਨ ਜਿਹੜੇ ਨੇ ਉਹ ਮਾਰਚ ਕਰ ਰਹੇ ਨੇ ਔਰ ਕਿਸਾਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਾ ਹੋਵੇ ਉਮੀਦ ਕਿਸਾਨ ਕਰ ਰਹੇ ਨੇ। ਹਾਲਾਂਕਿ ਪੁਲਿਸ ਵੱਲੋਂ ਆਪਣੀ ਤਿਆਰੀ ਜਿਸ ਤਰ੍ਹਾਂ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਤਿਆਰੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ। ਆ ਗਿਆ